ਪੱਲੂ ਜੀ, ਤੁਸੀਂ ਇੰਨੇ ਕੌਨਫੀਡੈਂਟ ਕਿਉਂ? ਤੁਹਾਨੂੰ ਐ ਨਹੀਂ ਲੱਗਦਾ ਤੁਹਾਨੂੰ ਜਵਾਬ ਦੇਣੇ ਔਖੇ ਹੋ ਜਾਣਗੇ? 2020 ਚ ਬਣ ਜੂਗਾ ਤੁਹਾਡੇ ਰੈਫਰੈਂਡਮ ਕਾਮਯਾਬ ਹੋ ਜੂਗਾ? ਤੁਹਾਨੂੰ ਲੱਗਦਾ ਨੀ ਤੁਹਾਨੂੰ ਪੂਰੀ ਦੁਨੀਆਂ ਦੇ ਸਿੱਖਾਂ ਨੂੰ, ਪੰਜਾਬ ਦੇ ਸਿੱਖਾਂ ਨੂੰ ਜਵਾਬ ਦੇਣਾ ਔਖਾ ਹੋ ਜੂਗਾ? ਨਹੀਂ ਭਾਜੀ, ਜਵਾਬ ਤੁਹਾਨੂੰ ਦੇਣਾ ਔਖਾ ਹੋ ਜੂਗਾ ਜਿਹੜੇ ਲੋਕ ਸਾਨੂੰ ਅੱਜ ਅੱਤਵਾਦ ਦੱਸਦੇ ਆ, ਕਿਉਂਕਿ ਅਸੀਂ 20 ਮੁਲਕਾਂ ਦੇ ਵਿੱਚ ਅਨਆਫੀਸ਼ੀਅਲ ਰੈਫਰੈਂਡਮ ਕਰਾਉਣਾ ਸਮੇਤ ਪੰਜਾਬ ਦੇ, ਇਹ ਵੀ ਯਾਦ ਰੱਖੋ। ਪੰਜਾਬ ਦੇ ਵਿੱਚ ਵੀ ਮੇਰੀ ਗੱਲ ਸੁਣੋ ਪੰਨੂ ਜੀ, ਤੁਹਾਨੂੰ ਲੱਗਦਾ ਰਿਕੋਗਨਾਈਜੇਸ਼ਨ ਮਿਲ ਜੂਗੀ? ਇਹ ਤੁਹਾਡੀ ਆਵਾਜ਼ ਕੱਟ ਕੱਟ ਕੇ ਆਉਂਦੀ ਹੈ, ਕਲੀਅਰ ਆਵਾਜ਼ ਕਰੋ, ਤੁਹਾਡਾ ਸਵਾਲ ਤੁਹਾਨੂੰ ਹੀ ਪਤਾ ਲੱਗਦਾ, ਮੈਨੂੰ ਨਹੀਂ ਪਤਾ ਲੱਗਦਾ। ਮੈਂ ਤੁਹਾਡੇ ਤੋਂ ਪੁੱਛ ਰਿਹਾ ਕਿ ਤੁਹਾਨੂੰ ਲੱਗਦਾ ਤੁਹਾਨੂੰ ਇਹ ਰਿਕੋਗਨਾਈਜੇਸ਼ਨ ਮਿਲ ਜੂਗੀ ਕਿ ਜਿਹੜਾ ਤੁਸੀਂ ਕਹਿ ਰਹੇ ਹੋਗੇ ਕਿ 2020 ਰੈਫਰੈਂਡਮ ਦੇ ਉੱਤੇ, ਮੈਂ ਮੰਨ ਲੈਣਾ ਆਜ਼ਾਦ ਪੰਜਾਬ ਕਹਿ ਲਓ ਉਹਨੂੰ, ਖਾਲਿਸਤਾਨ ਕਹਿ ਲਓ ਉਹਨੂੰ, ਕੁਛ ਵੀ ਕਹੋ, ਬਣ ਜੂਗਾ ਉਹ 2020? ਬਣ ਜੂਗਾ? ਬਿਲਕੁਲ ਨਹੀਂ ਬਣੇਗਾ। 2020 ਦੇ ਵਿੱਚ ਜਿਹੜਾ ਹੈਗਾ ਉਹ ਅਨਆਫੀਸ਼ੀਅਲ ਰੈਫਰੈਂਡਮ ਹੈਗਾ ਆਜ਼ਾਦੀ ਦਾ, ਉਸ ਤੋਂ ਬਾਅਦ ਕਲੇਮ ਬਣੇਗਾ ਜਿੱਦਾਂ ਕੈਟਾਲੋਨੀਆ ਦਾ, ਉਸ ਤੋਂ ਬਾਅਦ ਕਲੇਮ ਬਣੇਗਾ ਜਿੱਦਾਂ ਕੁਰਦਿਸਤਾਨ ਦਾ, ਜੋ ਉਸੇ ਤਰੀਕਾ ਕਲੇਮ ਬਣੇਗਾ ਜਿੱਦਾਂ ਬੋਗਨਵਿਲ ਦਾ, ਆਸਟ੍ਰੇਲੀਆ ਦੇ ਲਾਗੇ ਇੱਕ ਟਾਪੂ ਉਹਦੇ ਵਿੱਚ ਹੋਇਆ। 2020 ਦੇ ਵਿੱਚ ਕਿਸੇ ਨੇ ਵੀ ਨਹੀਂ ਆਖਿਆ ਕਿ ਪੰਜਾਬ ਆਜ਼ਾਦ ਹੋ ਜੂਗਾ ਜਾਂ ਖਾਲਿਸਤਾਨ ਬਣ ਜੂਗਾ ਜਾਂ ਹੱਦਾਂ ਬਣ ਜਾਊਗਾ। ਤੁਹਾਡੇ ਤੇ ਇਲਜ਼ਾਮ ਇਹ ਲੱਗਦਾ ਕਿ ਤੁਸੀਂ ਸਿੱਖਾਂ ਨੂੰ ਬੇਵਕੂਫ ਬਣਾ ਰਹੇ ਹੋ, ਇਹ ਕੋਈ ਹੋਰ ਨੀ ਲਾਉਂਦਾ, ਖਾਲਿਸਤਾਨ ਹੀ ਲਾਉਂਦੇ ਨੇ। ਮੈਂ ਕੀ ਆਉਣਾ ਇਸ ਸਵਾਲਾਂ ਦੇ ਉੱਤੇ ਤੁਹਾਡੇ ਨਾਲ? ਉਹ ਭਾਊ ਜੀ, ਮੇਰੀ ਗੱਲ ਸੁਣੋ, ਕੋਈ ਇਲਜ਼ਾਮਾਂ ਤੋਂ ਇਲਾਵਾ ਕੋਈ ਸੱਚ ਦੀ ਵੀ ਗੱਲ ਕਰ ਲਓ, ਸਾਰਾ ਦੁਨੀਆ ਵੇਖਦੀ ਪਈ ਹੈ, ਪੰਜ ਸਟੇਟਾਂ ਵੇਖਦੀਆਂ ਪਈਆਂ, ਕੋਈ ਮਾੜੀ ਮੋਟੀ ਸੱਚ ਦੀ ਗੱਲ ਵੀ ਦੱਸ ਲਓ। ਮੈਨੂੰ ਇਹ ਦੱਸੋ ਤੁਸੀਂ, ਚਲੋ ਕਲੈਰਿਟੀ ਕਰੋ, ਆਜ਼ਾਦ ਪੰਜਾਬ ਕਦੋਂ ਆਜ਼ਾਦ ਹੋ ਜੂਗਾ ਤੁਹਾਡੇ ਮੁਤਾਬਕ? ਆਜ਼ਾਦ ਪੰਜਾਬ ਦਾ 2020 ਦੇ ਵਿੱਚ ਅਨਆਫੀਸ਼ੀਅਲ ਰੈਫਰੈਂਡਮ ਹੋਏਗਾ, ਉਹ ਠੀਕ ਹੈ, ਅਨਆਫੀਸ਼ੀਅਲ ਰੈਫਰੈਂਡਮ ਦੇ ਵਿੱਚ ਵੋਟਾਂ ਆਜ਼ਾਦ ਕਦੋਂ ਹੋ ਜੂਗਾ? ਭਾਜੀ, ਆਜ਼ਾਦ ਦਾ ਕੋਈ ਹੱਥ ਦੇਖ ਕੇ ਨਹੀਂ ਦੱਸ ਸਕਦਾ ਵੀ ਕਦੋਂ ਹੋ ਜਾਏਗਾ। 1857 ਦੇ ਵਿੱਚ ਇੰਡੀਆ ਬ੍ਰਿਟਿਸ਼ ਰਾਜ ਤੋਂ ਆਜ਼ਾਦ ਹੋਣਾ ਚਾਹੁੰਦਾ ਸੀ, 1947 ਦੇ ਵਿੱਚ ਜਾ ਕੇ ਆਜ਼ਾਦ ਹੋਇਆ। ਤੁਹਾਡਾ ਦਾਵਾ ਪੰਜਾਬ ਦੇ ਉੱਤੇ, ਤੁਸੀਂ ਪੰਜਾਬ ਨੂੰ ਇਹ ਚਾਰ ਰੱਖਿਆ ਵੀ ਜਿਵੇਂ 2020 ਚ ਕੋਈ ਇਹੋ ਜਿਹੀ ਗੱਲ ਹੋਣ ਜਾ ਰਹੀ ਆ ਜਿਹੜੀ ਗੱਲ ਬਹੁਤ ਵੱਡੀ ਹੋਣ ਜਾ ਰਹੀ ਹੈ, ਇੱਕ ਵੱਡਾ ਰੈਵੋਲੂਸ਼ਨ ਹੋਣ ਜਾ ਰਿਹਾ ਹੈਗਾ। ਮੈਂ ਤੁਹਾਡੇ ਤੋਂ ਪੁੱਛਦਾ, ਮੈਂ 2020 ਨੂੰ ਛੱਡ ਦਿੰਦਾ, ਮੈਂ ਤੁਹਾਡੇ ਤੋਂ ਪੁੱਛਦਾ, ਤੁਸੀਂ ਦੱਸੋ 2020 ਤੁਸੀਂ ਕਾਫੀਸ਼ੀਅਲ ਜੋ ਵੀ ਤੁਸੀਂ ਕੁਛ ਕਰੋਗੇ ਉਸ ਤੋਂ ਬਾਅਦ ਕਦੋਂ ਤੱਕ ਹੋ ਜਾਊਗਾ, ਮੈਂ ਤੁਹਾਡੇ ਤੋਂ ਪੁੱਛਦਾ। ਭਾਜੀ, ਮੈਂ ਜੋਤਸ਼ੀ ਨਿਗਾ ਨਾ ਹੀ ਮੈਂ ਹੱਥ ਦੇਖ ਸਕਦਾ, ਮੈਂ ਤੁਹਾਨੂੰ ਇਹ ਦੱਸ ਸਕਦਾ ਜੋ ਕਾਨੂੰਨੀ ਕਾਰਵਾਈ ਅਸੀਂ ਕਰਦੇ ਪਏ ਹਾਂ, ਕਾਨੂੰਨੀ ਕਾਰਵਾਈ ਕਰਦੇ ਪਏ ਹਾਂ। 2020 ਦੇ ਵਿੱਚ ਪੰਜਾਬ ਦੇ ਵਿੱਚ ਅਨਆਫੀਸ਼ੀਅਲ ਰੈਫਰੈਂਡਮ ਹੋਏਗਾ, ਚਾਹੇ ਭਾਰਤ ਦੀ ਸਰਕਾਰ ਸਾਰੀ ਦੀ ਸਾਰੀ ਆਰਮੀ ਪੰਜਾਬ ਦੇ ਵਿੱਚ ਲੈ ਆਵੇ ਜਾਂ ਦੁਨੀਆਂ ਦੀ ਆਰਮੀ ਪੰਜਾਬ ਚ ਲੈ ਆਵੇ, ਪੰਜਾਬ ਦੇ ਵਿੱਚ ਰੈਫਰੈਂਡਮ ਹੋਏਗਾ, 20 ਮੁਲਕਾਂ ਦੇ ਵਿੱਚ ਰੈਫਰੈਂਡਮ ਹੋਏਗਾ। ਉਸ ਤੋਂ ਬਾਅਦ ਸੁਣੋ, ਮੈਂ ਇੱਕ ਸਵਾਲ ਕਰਦਾ, ਸਿਮਰਨਜੀਤ ਮਾਨ ਨੇ ਤੁਹਾਨੂੰ ਇੱਕ ਲੈਟਰ ਲਿਖਿਆ, ਦਲ ਖਾਲਸਾ ਨੇ ਤੁਹਾਨੂੰ ਇੱਕ ਲੈਟਰ ਲਿਖਿਆ, ਸਭ ਤੋਂ ਪਹਿਲਾਂ ਦੱਸੋ ਤੁਹਾਡੇ ਨਾਲ ਪੰਜਾਬ ਦੀ ਇੱਕ ਵੀ ਸਿੱਖ ਜਥੇਬੰਦੀ ਕਿਉਂ ਨਹੀਂ ਆ, ਇੱਕ ਵੀ ਖਾਲਿਸਤਾਨੀ ਜਥੇਬੰਦੀ ਕਿਉਂ ਨਹੀਂ ਆ, ਇੱਕ ਤਾਂ ਨਾਲ ਹੋ ਜਿਹੜੀ ਤੁਹਾਡੇ ਨਾਲ ਹੋਵੇ, ਜਿਹੜੀ ਇਹ ਕਹਿੰਦੀ ਹੋਵੇ ਕਿ ਜਿਹੜੀ ਇੱਥੇ ਮੰਗ ਕਰਦੀ ਹੋਵੇ ਪੰਜਾਬ ਦੇ ਅੰਦਰ, ਇੱਕ ਵੀ ਜਥੇਬੰਦੀ ਤੁਹਾਡੇ ਨਾਲ ਕਿਉਂ ਨਹੀਂ ਆ? ਹੁਣ ਇਹਦਾ ਸਵਾਲ ਦਾ ਜਵਾਬ ਸੁਣ ਲਓ, ਨਾ ਤੇ ਮੈਨੂੰ ਖਤ ਲਿਖਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਨੇ ਆਪਣੇ ਨਾਂ ਤੇ, ਨਾ ਲਿਖਿਆ ਦਲ ਖਾਲਸਾ ਨੇ। ਉਹਨਾਂ ਨੇ ਇੱਕ ਈਮੇਲ ਪਾਈ ਸੀ ਜਦੋਂ ਅਗਸਤ 2018 ਚ ਲੰਡਨ ਡੈਕਲਰੇਸ਼ਨ ਹੋ ਰਹੀ ਸੀ, ਉਹਨਾਂ ਦਿਨਾਂ ਦੇ ਵਿੱਚ ਮੀਡੀਏ ਦੇ ਪ੍ਰਭਾਵ ਥੱਲੇ ਇੱਕ ਈਮੇਲ ਕੰਵਰਪਾਲ ਸਿੰਘ ਬਿੱਟੂ ਦੇ ਈਮੇਲ ਤੋਂ ਆਈ ਸੀ, ਅਸੀਂ ਨਹੀਂ ਮੰਨਦੇ ਉਸ ਈਮੇਲ ਨੂੰ। ਜਦੋਂ ਤੁਸੀਂ ਕਿਸੇ ਸੰਸਥਾ ਦੇ ਨਾਲ ਸੰਪਰਕ ਕਰਨਾ ਹੁੰਦਾ ਹੈ, ਤੁਸੀਂ ਬਿਨਾਂ ਦਸਤਖਤਾਂ ਤੋਂ ਬਿਨਾਂ ਲੈਟਰ ਹੈੱਡਾਂ ਤੋਂ ਤੁਸੀਂ ਇੱਦਾਂ ਈਮੇਲਾਂ ਪਾ ਕੇ ਸਵਾਲ ਨਹੀਂ ਕਰਦੇ। ਉਹਨਾਂ ਦੇ ਨੁਮਾਇੰਦੇ, ਚਾਹੇ ਉਹ ਦਲ ਖਾਲਸਾ ਇੰਗਲੈਂਡ ਦੇ ਵਿੱਚ ਸੀ, ਉਹਨਾਂ ਦੇ ਨੁਮਾਇੰਦੇ, ਤੁਸੀਂ ਉਹਦਾ ਜਵਾਬ ਕਿਵੇਂ ਦਿੱਤਾ ਜੀ? ਅਸੀਂ ਕਿਸੇ ਨੂੰ ਜਵਾਬ ਦੇਈ ਨਹੀਂ ਗੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਚਾਹੇ ਦਲ ਖਾਲਸਾ ਹੈ। ਜੇ ਉਹ ਇਸ ਗੱਲ ਨਾਲ ਸਹਿਮਤ ਨਹੀਂ ਗੇ, ਸੁਣੋ ਧਿਆਨ ਨਾਲ ਭਾਈ ਸਾਹਿਬ ਗੱਲ ਮੇਰੀ, ਜੇ ਉਹ ਇਸ ਗੱਲ ਨਾਲ, ਭਾਈ ਜੀ ਗੱਲ ਸੁਣੋ ਮੇਰੀ, ਕੱਟੋ ਨਾ ਵਿੱਚੋਂ ਦੀ, ਮੇਰੀ ਗੱਲ ਸੁਣੋ ਧਿਆਨ ਨਾਲ, ਤੁਸੀਂ ਕੱਟੋ ਨਾ ਮੈਨੂੰ ਵਿੱਚੋਂ ਦੀ, ਜੇ ਗੱਲ ਸੁਣਨੀ ਹੈ ਧਿਆਨ ਨਾਲ ਸੁਣੋ। ਮੈਂ ਤੁਹਾਨੂੰ ਦੱਸਦਾ ਪਿਆ, ਦਲ ਖਾਲਸਾ ਸਹਿਮਤ ਨਹੀਂ ਹੈ, ਉਹਨਾਂ ਨੂੰ ਸਵਾਲ ਪੁੱਛੋ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਹਿਮਤ ਨਹੀਂ ਖਾਲਿਸਤਾਨ ਨਾਲ, ਉਹਨਾਂ ਨੂੰ ਪੁੱਛੋ ਕਿ ਪਿਛਲੇ 30 ਸਾਲਾਂ ਤੋਂ ਉਹਨਾਂ ਨੇ ਝੰਡਾ ਚੱਕਿਆ ਵੀ ਅਸੀਂ ਖਾਲਿਸਤਾਨ ਲੈ ਦੇਵਾਂਗੇ, ਕਿਹੜੇ ਭਾਰਤ ਥੱਲੇ ਸੰਵਿਧਾਨ ਥੱਲੇ ਉਹ ਖਾਲਿਸਤਾਨ ਲੈ ਦੇਣਗੇ? ਇਹ ਸਵਾਲ ਉਹਨਾਂ ਨੂੰ ਪੁੱਛ ਕੇ ਤੁਸੀਂ ਮੈਨੂੰ ਦੱਸੋ। ਅਸੀਂ ਆਪਣੀ ਮੁਹਿੰਮ ਦੇਸ਼ ਵਿਦੇਸ਼ਾਂ ਤੋਂ ਚਲਾ ਰਹੇ ਹਾਂ। ਸਵਾਲ ਕੀਤਾ ਸੀ ਪੰਨੂ ਜੀ, ਉਹਨਾਂ ਨੇ ਤੁਹਾਨੂੰ ਇੱਕ ਸਵਾਲ ਕੀਤਾ ਸੀ ਕਿ ਕਿਸੇ ਵੀ ਲਿਜਿਟਮੇਟ ਜਿਹੜੀ ਸੰਸਥਾ ਹੁੰਦੀ ਹੈ ਜੋ ਅੱਜ ਵੀ ਕਰਦੇ ਨੇ, ਅੱਜ ਵੀ ਮੇਰੀਆਂ ਗੱਲਾਂ ਹੋਈਆਂ ਨੇ, ਉਹ ਕਹਿੰਦੇ ਆ ਕਿ ਯੂਐਨ ਦੇ ਅੰਦਰ ਜਾਂ ਜਿਹੜੀਆਂ ਗੱਲਾਂ ਪੰਨੂ ਕਰਦੇ ਨੇ ਥਾਂ ਥਾਂ ਦੇ ਉੱਤੇ, ਉਹਦੇ ਵਿੱਚ ਇੱਕ ਜਿਹੜੀ ਲਿਜਿਟਮੇਟ ਗਵਰਨਮੈਂਟ ਹੁੰਦੀ ਹੈ ਉਹ ਜੇ ਪੰਜਾਬ ਵਿਧਾਨ ਸਭਾ ਇਹ ਮਤਾ ਪਾ ਕੇ ਭੇਜੇ ਤਾਂ ਉੱਥੇ ਰਿਕੋਗਨਾਈਜ਼ ਹੋਊਗਾ, ਨਹੀਂ ਕਿਸੇ ਨੇ ਨਹੀਂ ਪੁੱਛਣਾ ਪੰਨੂ ਨੂੰ, ਕਿਸੇ ਨੇ ਨਹੀਂ ਪੁੱਛਣਾ।
ਕਾਨੂੰਨ ਚ ਲਿਖਿਆ ਭਾਜੀ ਇਹ ਉਹ ਜਦੋਂ ਉਹਨਾਂ ਕੋਲ ਗੌਰਮੈਂਟ ਸੀ ਉਦੋਂ ਤਾਂ ਉਹ ਅੰਦਰ ਗਏ ਨੀ ਗੌਰਮੈਂਟ ਬਣਾ ਕੇ ਮਤਾ ਪਾ ਲੈਂਦੇ ਉਦੋਂ ਉਹਨਾਂ ਨੂੰ ਕਿੰਨਾ ਹੱਥ ਫੜੇ ਆ ਹੁਣ ਬਣਾ ਲੈਣ ਗੌਰਮੈਂਟ ਜੇ ਉਹ ਕਹਿ ਰਹੇ ਅਸੀਂ ਖਾਲਿਸਤਾਨ ਲੈਣਾ ਫਿਰ ਬਣਾ ਲੈਣ ਗੌਰਮੈਂਟ ਉੱਥੇ ਅਸੀਂ ਉਹਨਾਂ ਤੋਂ ਪੁੱਛ ਕੇ ਨੀ ਕੰਪੇਨ ਕੋਈ ਚਲਾਉਂਦੇ ਉਹਨਾਂ ਦਾ ਆਪਣਾ ਤੁਸੀਂ ਸਮਝਾ ਦੋ ਕਿ ਮੈਂ ਕਹਿ ਰਿਹਾ ਮੰਨ ਲਓ ਚਲੋ 2020 ਨੂੰ ਛੱਡ ਦਿੰਦੇ ਆ ਅਗਲੇ ਪਾਸੇ ਨੂੰ ਬੋਲਣ ਦਾ ਦਿੰਦੇ ਨਹੀਂ ਤੁਸੀਂ 4 ਸਾਲ ਤੋਂ ਮੇਰੀ ਗੱਲ ਸੁਣੋ ਧਿਆਨ ਨਾਲ ਜਾਂ ਤੁਸੀਂ ਮੇਰਾ ਭਾਈ ਜੀ ਮੇਰੀ ਗੱਲ ਸੁਣੋ ਧਿਆਨ ਨਾਲ ਜਾਂ ਤੁਸੀਂ ਮੈਨੂੰ ਲੈਕਚਰ ਦੇ ਲਓ ਜਾਂ ਮੇਰੇ ਸਵਾਲ ਸੁਣ ਲਓ ਜਵਾਬ ਪੁੱਛ ਲਓ ਲੈਕਚਰ ਤੁਸੀਂ ਮੈਨੂੰ ਬਾਅਦ ਚੋਂ ਦੇ ਲਿਓ ਮੈਂ ਜਦੋਂ ਤੁਸੀਂ ਮੈਨੂੰ ਸਵਾਲ ਪੁੱਛਦੇ ਫਿਰ ਜਵਾਬ ਸੁਣੋ ਮੇਰਾ ਤੁਸੀਂ ਅਗਲੇ ਪਾਸੇ ਭਾਈ ਜਵਾਬ ਤੁਸੀਂ ਸਵਾਲ ਨੀ ਕਰ ਰਹੇ ਤੁਸੀਂ ਤਾਂ ਮੈਨੂੰ ਆਪਣਾ ਥੋਪ ਰਹੇ ਹੋ ਭਾਜੀ ਤੁਸੀਂ ਤੇ ਲਗਾਤਾਰ ਮੈਨੂੰ ਬੋਲਣ ਨੀ ਦੇਣ ਦੇ ਤੁਸੀਂ ਤੇ ਏਦਾਂ ਹਵਾ ਚ ਗੱਲ ਕਰਨ ਦੇ ਹੋ ਜਿੱਦਾਂ ਚੈਨਲ ਤੇ ਤੁਹਾਡਾ ਹੀ ਚਲਾਣਾ ਤੁਸੀਂ ਉਹੀ ਜੇ ਤੁਹਾਡੀ ਮਰਜ਼ੀ ਹੈ ਪਰ ਜੇ ਜਵਾਬ ਸੁਣਨੇ ਤੇ ਕਰੋ ਕੋਈ ਵੀ ਇੱਕ ਵੀ ਖਾਲਿਸਤਾਨੀ ਧਿਰ ਪੰਜਾਬ ਚ ਤੁਹਾਡੇ ਨਾਲ ਨਹੀਂ ਆ ਇਸ ਇਟ ਰਾਈਟ অর ਨਾਟ ਇੱਕ ਵੀ ਅਸੀਂ ਦਲ ਖਾਲਸਾ ਦੇ ਮੈਂਬਰ ਜਿਹੜੀ ਤੁਹਾਡੇ ਨਾਲ ਹੋਵੇ ਕਿਉਂ ਬੜੇ ਧਿਆਨ ਨਾਲ ਗੱਲ ਸੁਣੋ ਸਾਡੇ ਨਾਲ ਪੰਜਾਬ ਦਾ ਆਵਾਮ ਹੈਗਾ ਸਾਨੂੰ ਖਾਲਿਸਤਾਨ ਦੀ ਧਿਰਾਂ ਦਾ ਕੋਈ ਲੈਣਾ ਦੇਣਾ ਨਹੀਂ ਉਹ ਖਾਲਿਸਤਾਨ ਦੇ ਅੱਜ ਰੈਫਰੈਂਡਮ ਦਾ ਸਾਥ ਕਿਉਂ ਨਹੀਂ ਦਿੰਦੇ ਉਹ ਜਵਾਬ ਦੇਣਗੇ ਸਾਡੇ ਨਾਲ ਪੰਜਾਬ ਦੀ ਦੁਨੀਆ ਹੈਗੀ ਹੈ ਪੰਜਾਬ ਦਾ ਆਵਾਮ ਹੈਗਾ ਤੁਹਾਡਾ ਚੀਫ ਮਿਨਿਸਟਰ ਦੱਸ ਰਿਹਾ ਵੀ 200 ਮੁੰਡੇ ਜਿਹੜੇ ਖਾਲਿਸਤਾਨ ਦਾ ਪ੍ਰਚਾਰ ਕਰਦੇ ਰੈਫਰੈਂਡਮ ਦਾ ਪ੍ਰਚਾਰ ਕਰਦੇ ਉਹ ਅੰਦਰ ਹੈ ਦਲ ਖਾਲਸਾ ਦਾ ਕਿਉਂ ਨਹੀਂ ਬੰਦਾ ਅੰਦਰ ਫਿਰ ਅਕਾਲੀ ਦਲ ਮਾਨ ਦਾ ਬੰਦਾ ਅੰਦਰ ਕਿਉਂ ਨਹੀਂ ਜੀ ਉਹ ਦਲ ਖਾਲ ਜੇ ਉਹਨਾਂ ਦਾ ਪ੍ਰਚਾਰ ਪੰਜਾਬ ਦੇ ਵਿੱਚ ਹੈਗਾ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕਿਆ ਤੁਸੀਂ ਦੋ ਧਿਰਾਂ ਨੂੰ ਆਪਸ ਆਹਮਣੇ ਸਾਹਮਣੇ ਖੜਾ ਕਰਾਉਣ ਦੀ ਕੋਸ਼ਿਸ਼ ਨਾ ਕਰੋ ਜਿਹੜਾ ਮੀਡੀਆ ਹੁੰਦਾ ਨਾ ਸੁਣੋ ਦਲ ਖਾਲਸਾ ਵੀ ਪੰਚ ਪ੍ਰਧਾਨੀ ਵੀ ਸਿਮਰਨਜੀਤ ਮਾਨ 1984 ਤੋਂ ਬਾਅਦ ਲਗਾਤਾਰ ਇੰਟਰਵੈਂਸ਼ਨ ਕਰਦੇ ਰਹੇ ਨੇ ਖਾਲਿਸਤਾਨ ਦੀ ਮੰਗ ਕਰਦੇ ਰਹੇ ਨੇ ਗੱਲ ਕਰਦੇ ਰਹੇ ਨੇ ਤੁਸੀਂ ਪਹਿਲਾਂ ਕਿੱਥੇ ਸੀਗੇ ਅਸੀਂ ਕਦੀ ਵੀ ਨਹੀਂ ਸੀ ਉਹਨਾਂ ਦੇ ਨਾਲ ਜੀ ਅਸੀਂ ਆਪਣਾ ਸੰਘਰਸ਼ ਜਿਹੜਾ 2007 ਤੁਸੀਂ ਐਜ਼ ਇੰਡੀਪੈਂਡੈਂਟ ਕਿੱਥੇ ਤੁਸੀਂ ਮੈਂ ਸਮਝਿਆ ਨਹੀਂ ਕੀ ਕਹਿ ਰਹੇ ਤੁਸੀਂ ਐਜ਼ ਇੰਡੀਪੈਂਡੈਂਟ ਜਿਹੜਾ ਤੁਸੀਂ ਹੁਣ 2020 ਦਾ ਤੁਹਾਨੂੰ ਆਈਡੀਆ ਆਇਆ ਇਹ ਆਈਡੀਆ ਤੁਹਾਨੂੰ ਉਦੋਂ ਕਿਉਂ ਨਹੀਂ ਆਇਆ ਜਦੋਂ ਪੰਜਾਬ ਦੇ ਅੰਦਰ ਸਭ ਕੁਝ ਹੋ ਰਿਹਾ ਸੀਗਾ ਇੱਕਦਮ ਨਿਊ ਆਈਡੀਆ ਕਿੱਥੋਂ ਤੁਹਾਡੇ ਦਿਮਾਗ 'ਚ ਆਇਆ ਪਹਿਲਾਂ ਇਹ ਆਈਡੀਆ ਕਿਉਂ ਨਹੀਂ ਸੀਗਾ ਕਿ ਕੰਮ ਕਿਉਂ ਨਹੀਂ ਹੋ ਰਿਹਾ ਸੀ ਜਾਂ ਵੱਖਰੇ ਪਹਿਲਾਂ ਕਿਉਂ ਨਹੀਂ ਕਰ ਰਹੇ ਸੀ ਮੇਰੀ ਉਮਰ 70 ਨਹੀਂ ਹੈਗੀ ਮੇਰੀ ਉਮਰ 50 ਸਾਲ ਹੈਗੀ ਹੈ ਮੈਂ ਉਦੋਂ ਸਕੂਲੇ ਪੜ੍ਹਿਆ ਕਰਦਾ ਸੀ ਜਦੋਂ ਖਾਲਿਸਤਾਨ ਦਾ ਸੰਘਰਸ਼ ਚੱਲਦਾ ਇਹ ਖਾਲਿਸਤਾਨ ਦੇ ਬਜ਼ੁਰਗ ਲੀਡਰਾਂ ਨੂੰ ਪੁੱਛੋ ਮਾਨ ਸਾਹਿਬ ਨੂੰ ਪੁੱਛੋ ਦਲ ਖਾਲਸਾ ਨੂੰ ਪੁੱਛੋ ਜਿਹੜੇ ਝੰਡਾ ਚੱਕੀ ਫਿਰਦੇ ਖਾਲਿਸਤਾਨ ਦਾ ਵੀ ਉਹਨਾਂ ਨੇ ਰੈਫਰੈਂਡਮ ਦੀ ਗੱਲ ਕਿਉਂ ਨਹੀਂ ਪਹਿਲਾਂ ਕੀਤੀ ਮੈਨੂੰ ਕਿਉਂ ਪੁੱਛਦੇ ਹੋ ਤੁਸੀਂ ਅਸੀਂ ਜਦੋਂ ਇੱਥੇ ਪੜ੍ਹ ਕੇ ਵੱਡੇ ਹੋਏ ਹਾਂ ਜਦੋਂ ਅਸੀਂ ਵਕੀਲ ਬਣੇ ਹਾਂ ਜਦੋਂ ਸਾਨੂੰ ਪਤਾ ਲੱਗਾ ਕਿ ਰੈਫਰੈਂਡਮ ਦੇ ਰਾਹੀਂ ਅਨਆਫੀਸ਼ੀਅਲ ਕਰਾ ਕੇ ਤੁਸੀਂ ਆਪਣਾ ਕਲੇਮ UN ਲਿਜਾ ਸਕਦੇ ਹੋ ਤੇ ਅਸੀਂ ਸ਼ੁਰੂ ਕਰ ਦਿੱਤਾ ਤੇ ਤੁਹਾਨੂੰ ਲੱਗਦਾ ਮੈਂ ਚਲੋ ਠੀਕ ਹੈ ਤੁਸੀਂ ਨਵੇਂ ਤਰੀਕੇ ਨਾਲ ਉਹਨਾਂ ਨੂੰ ਆਲੋਚਨਾ ਕਰ ਰਹੇ ਹੋ ਮੈਂ ਤੁਹਾਡੇ ਤੋਂ ਪੁੱਛ ਰਿਹਾਗਾ ਕਿ ਤੁਸੀਂ ਜਿਹੜੇ ਤੁਸੀਂ ਕਹਿੰਦੇ ਐਲੀਗੇਸ਼ਨ ਤੁਹਾਡੇ ਤੇ ਇੰਡੀਆ ਸਟੇਟ ਲਾਉਂਦੀ ਹੈ ਉਹੀ ਐਲੀਗੇਸ਼ਨ ਤੁਸੀਂ ਉਹਨਾਂ ਤੇ ਲਾ ਰਹੇ ਹੋ ਕਿ ਮੰਨਿਆ ਜਾਵੇ ਕਿ 2020 ਦੀ ਟੀਮ ਹੀ 24 ਕੈਰੇਟ ਆ ਉਹ ਲੋਕ ਉਹਨਾਂ ਦਾ ਕੋਈ ਕੰਟਰੀਬਿਊਸ਼ਨ ਨਹੀਂ ਹੈਗਾ ਕਿਹਨਾਂ ਦਾ ਜੀ ਕਿਹਨਾਂ ਦੀ ਗੱਲ ਕਰ ਰਹੇ ਹੋ ਜਿਨ੍ਹਾਂ ਬਾਰੇ ਤੁਸੀਂ ਕਹਿ ਰਹੇ ਹੋਗੇ ਦਲ ਖਾਲਸਾ ਕੌਣ ਆ ਇਹ ਮਾਨ ਨੂੰ ਪੁੱਛੋ ਕੁਛ ਨੀ ਕਿਹਾ ਮੈਂ ਨਾ ਦਲ ਖਾਲਸਾ ਬਾਰੇ ਨਾ ਸ਼੍ਰੋਮਣੀ ਅਕਾਲੀ ਦਲ ਮਾਨ ਬਾਰੇ ਤੁਸੀਂ ਮੇਰੇ ਮੂੰਹ ਚ ਪਾ ਰਹੇ ਹੋ ਸਾਰਾ ਕੁਛ ਇਹ ਮੈਂ ਕਹਿ ਰਿਹਾ ਉਹ ਕਿਉਂ ਨੀ ਸਾਥ ਦਿੰਦੇ ਤੁਸੀਂ ਕਿਹਾ ਜੀ ਉਹ ਭਾਈ ਜੀ ਗੱਲ ਸੁਣੋ ਧਿਆਨ ਦੇ ਨਾਲ ਤੁਸੀਂ ਮੈਨੂੰ ਪੁੱਛਿਆ ਵੀ ਉਹ ਕਿਉਂ ਨੀ ਸਾਥ ਦਿੰਦੇ ਮੈਂ ਪੁੱਛਿਆ ਵੀ ਭਾਈ ਸਾਹਿਬ ਜੀ ਤੁਸੀਂ ਦਲ ਖਾਲਸਾ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਮਾਨ ਨੂੰ ਪੁੱਛੋ ਮੇਰਾ ਸਾਥ ਕਿਉਂ ਨੀ ਦਿੰਦੇ ਰੈਫਰੈਂਡਮ ਦਾ ਸਾਥ ਕਿਉਂ ਨਹੀਂ ਦਿੰਦੇ ਖਾਲਿਸਤਾਨ ਦਾ ਸਾਥ ਕਿਉਂ ਨਹੀਂ ਦਿੰਦੇ ਮੈਂ ਕਿੱਦਾਂ ਦੱਸ ਸਕਦਾ ਵੀ ਕਿਉਂ ਨਹੀਂ ਦਿੰਦੇ ਉਹਨਾਂ ਨੇ ਤੁਹਾਨੂੰ ਲੈਟਰ ਲਿਖਿਆ ਉਹਨਾਂ ਨੇ ਤੁਹਾਡੇ ਤੋਂ ਸਵਾਲ ਪੁੱਛੇ ਉਹਨਾਂ ਨੇ ਤੁਹਾਡੇ ਤੋਂ ਕਲੈਰਿਟੀਜ਼ ਮੰਗੀਆਂ ਕੁਛ ਕਿ ਅਸੀਂ ਤੁਹਾਡੇ ਨਾਲ ਖੜੇ ਹੋ ਜਾਾਂਗੇ ਸਾਨੂੰ ਇਹ ਗੱਲਾਂ ਕਲੀਅਰ ਕਰ ਦਿਓ ਤੁਸੀਂ ਉਹ ਗੱਲਾਂ ਕਲੀਅਰ ਕਰ ਦਿੱਤੀ ਤਾਂ ਉਹਨਾਂ ਨੂੰ ਉਲਟੇ ਜਵਾਬ ਦਿੱਤੇ ਅਸੀਂ ਉਸ ਨੂੰ ਈਮੇਲ ਨੂੰ ਨਾ ਉਹ ਸਰਕਾਰੀ ਮੰਗ ਲੈਂਦੇ ਆ ਨਾ ਅਸੀਂ ਉਹਨੂੰ ਆਫੀਸ਼ੀਅਲ ਮੰਨਦੇ ਆ ਉਹਨਾਂ ਦੇ ਨੁਮਾਇੰਦੇ ਰੋਜ਼ ਇੱਥੇ ਬੈਠਦੇ ਆ ਜਿਹੜੇ ਮਾਨ ਸਾਹਿਬ ਦੇ ਨਾਲ ਬਾਹਰ ਉੱਥੇ ਬੈਠ ਕੇ ਚਾਹਾਂ ਪੀਂਦੇ ਆ ਤੇ ਦਲ ਖਾਲਸਾ ਦੇ ਰੋਜ਼ ਨੁਮਾਇੰਦੇ ਬਾਹਰ ਆਉਂਦੇ ਆ ਉਹਨਾਂ ਨੂੰ ਈਮੇਲ ਕਰਨ ਦੀ ਕੀ ਜ਼ਰੂਰਤ ਸੀ ਜਦੋਂ ਉਹ ਟੇਬਲਾਂ ਤੇ ਬਹਿ ਕੇ ਗੱਲ ਕਰ ਸਕਦੇ ਆ ਤੁਸੀਂ ਇਹ ਸਵਾਲ ਉਹਨਾਂ ਨੂੰ ਪੁੱਛੋ ਵੀ ਤੁਹਾਡੇ ਦਲ ਖਾਲਸਾ ਦਾ ਨੁਮਾਇੰਦਾ ਸ਼੍ਰੋਮਣੀ ਅਕਾਲੀ ਦਲ ਦਾ ਬਾਹਰ ਕੋਈ ਹੈ ਜਾਂ ਨਹੀਂ ਹੈ ਕੱਲ ਨੂੰ ਸਿਮਰਜੀਤ ਮਾਨ ਤਿਆਰ ਹੋ ਜਾਣ ਗੁਰਪਤਵੰਤ ਪੰਨੂ ਦੇ ਨਾਲ ਡਿਬੇਟ ਚਾਉਣ ਲਈ ਜਾਂ ਦਲ ਖਾਲਸਾ ਕੀ ਗੁਰਪਤਵੰਤ ਪੰਨੂ ਤਿਆਰ ਨੇ ਭਾਈ ਸਾਹਿਬ ਜੇ ਡਿਬੇਟ ਕਰਾਣੀ ਹੈ ਤਾਂ ਤੁਸੀਂ ਮੋਦੀ ਨੂੰ ਲੈ ਕੇ ਆਓ ਜਿਹਦੇ ਕੋਲ ਅਸੀਂ ਆਜ਼ਾਦੀ ਲੈਣੀ ਹੈ ਅਸੀਂ ਮਾਨ ਸਾਹਿਬ ਕੋਲ ਆਜ਼ਾਦੀ ਨਹੀਂ ਲੈਣੀ ਐਵੇਂ ਪੁੱਠੀਆਂ ਸਿੱਧੀਆਂ ਗੱਲ ਸੁਣੋ ਧਿਆਨ ਦੇ ਨਾਲ ਬੰਦਿਆਂ ਦੀ ਗੱਲ ਸੁਣੋ ਮੇਰੀ ਧਿਆਨ ਦੇ ਨਾਲ ਤੁਸੀਂ ਮੇਰੀ ਧਿਆਨ ਨਾਲ ਗੱਲ ਸੁਣੋ ਤੁਹਾਡਾ ਕੰਮ ਹੈਗਾ ਗੱਲ ਸੁਣੋ ਪਹਿਲਾਂ ਮੇਰੀ ਰੈਫਰੈਂਡਮ ਹੋਣਾ ਪੰਜਾਬ ਦੀ ਧਰਤੀ ਤੇ ਰੈਫਰੈਂਡਮ ਪੰਜਾਬ ਦੀ ਧਰਤੀ ਤੇ ਹੋਣਾ ਖਾਲਿਸਤਾਨ ਜਾਂ ਆਜ਼ਾਦ ਪੰਜਾਬ ਕੈਨੇਡਾ ਅਮਰੀਕਾ ਜਾਂ ਕਿਸੇ ਹੋਰ ਧਰਤੀ ਤੇ ਨਹੀਂ ਬਣਨਾ ਪੰਜਾਬ ਦੀ ਧਰਤੀ ਤੇ ਬਣਨਾ ਫਿਰ ਤੁਹਾਡੇ ਫਿਰ ਭਾਰਤੀ ਜਿਹੜੇ ਆ ਉਹ ਬਾਹਰਲੇ ਦੇਸ਼ਾਂ ਤੋਂ ਬੈਠ ਕੇ ਬ੍ਰਿਟਿਸ਼ ਦੇ ਖਿਲਾਫ ਕਿਉਂ ਲੜਾਈ ਲੜਿਆ ਕਰਦੇ ਸੀ ਤੁਹਾਡੇ ਸਵਾਲ ਕਰ ਰਹੇ ਨੇ ਤੁਹਾਨੂੰ ਦਲ ਖਾਲਸਾ ਤੇ ਮਾਨ ਨੇ ਸਵਾਲ ਕੀਤੇ ਹੋਏ ਨੇ
ਆਨ ਰਿਕਾਰਡ ਸਵਾਲ ਨੇ ਆਨ ਰਿਕਾਰਡ ਆਉਣ ਨੂੰ ਤਿਆਰ ਨੇ ਤੁਹਾਡੇ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਤੁਹਾਡੇ ਇਸੇ ਤੁਹਾਡੇ ਇਸੇ ਗੱਲ ਕਰਨ ਤੋਂ ਪਹਿਲਾਂ ਮੈਂ ਮੇਰੀ ਗੱਲ ਸੁਣੋ ਤੁਹਾਡੇ ਇਸੇ ਮੀਡੀਆ ਕਾਰਨ ਤੁਹਾਡੇ ਤੁਹਾਡੀ ਕੋਈ ਕ੍ਰੈਡੀਬਿਲਟੀ ਨਹੀਂ ਗੀ ਜ਼ੀਰੋ ਕ੍ਰੈਡੀਬਿਲਟੀ ਹੈ ਤੁਹਾਡੇ ਮੀਡੀਆ ਦੇ ਹੀ ਕਾਰਨ ਹੈ ਕਿ ਤੁਸੀਂ 30 ਸਾਲ ਤੋਂ ਸਿੱਖਾਂ ਦੇ ਖਿਲਾਫ ਤੁਸੀਂ ਮੁਹਿੰਮ ਚਲਾਈ ਹੋਈ ਹੈ ਔਰ ਜਦੋਂ ਤੁਸੀਂ ਗੱਲ ਸੁਣਨ ਦੀ ਕਰਦੇ ਹੋ ਤੁਸੀਂ ਪਾਜੀ ਗੱਲ ਤੁਸੀਂ ਸੁਣੋ ਪਹਿਲਾਂ ਮੇਰੀ ਟੋਲਰੈਂਸ ਰੱਖੋ ਮੇਰੀ ਗੱਲ ਸੁਣੋ ਧਿਆਨ ਨਾਲ ਤੁਸੀਂ ਸਵਾਲ ਹੋ ਗਿਆ ਤੁਸੀਂ ਟੋਲਰੈਂਸ ਕੋ ਜੋ ਆਪਣੀ ਪਾਜੀ ਕਿਉਂ ਟੋਲਰੈਂਸ ਕੋ ਲੋ ਤੁਸੀਂ ਸੁਣਦੇ ਹੀ ਨਹੀਂ ਪਿਆ ਕਿਉਂ ਦੀ ਗੱਲ ਮੇਰੀ ਜਵਾਬ ਸੁਣੋ ਮੇਰਾ ਤੁਸੀਂ ਦਲ ਖਾਲਸਾ ਔਰ ਖਾਲਿਸਤਾਨ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਮਾਨ ਨਾਲ ਅਸੀਂ ਡਿਬੇਟ ਕਿਉਂ ਕਰੀਏ ਤੁਸੀਂ ਡਿਬੇਟ ਕਰਾਣੀ ਹੈ ਤੇ ਮੋਦੀ ਨੂੰ ਲੈ ਕੇ ਆਓ ਮੇਰੇ ਸਾਹਮਣੇ ਅਮਿਤ ਸ਼ਾਹ ਨੂੰ ਲੈ ਕੇ ਆਓ ਜਿਹਨਾਂ ਤੋਂ ਅਸੀਂ ਆਜ਼ਾਦੀ ਲੈਣੀ ਹੈ ਅਸੀਂ ਦਲ ਖਾਲਸਾ ਤੇ ਮਾਨ ਨੂੰ ਜਵਾਬ ਨਹੀਂ ਦਿੱਤੇ ਦਲ ਖਾਲਸਾ ਤੇ ਨਹੀਂ ਦਿੱਤੇ ਅਸੀਂ ਦਲ ਖਾਲਸਾ ਇਹ ਕਹਿ ਰਿਹਾ ਕਿ ਰੈਫਰੈਂਡਮ ਪੰਜਾਬ ਦੀ ਧਰਤੀ ਤੇ ਹੋਣਾ ਸਿਮਰਜੀਤ ਮਾਨ ਕਹਿ ਰਿਹਾ ਰੈਫਰੈਂਡਮ ਪੰਜਾਬ ਦੀ ਧਰਤੀ ਤੇ ਹੋਣਾ ਰੈਫਰੈਂਡਮ ਪੰਜਾਬ ਦੀ ਧਰਤੀ ਤੇ ਹੋਣਾ ਪੰਜਾਬ ਚ ਖਾਲਿਸਤਾਨ ਬਣਨਾ ਪੰਜਾਬ ਚ ਹੀ ਆਜ਼ਾਦ ਪੰਜਾਬ ਜਿਹੜਾ ਵੀ ਤੁਸੀਂ ਕਹਿ ਰਹੇ ਹੋ ਜੋ ਵੀ ਬਣਨਾ ਉਹ ਪੰਜਾਬ ਚ ਬਣਨਾ ਤੇ ਤੁਸੀਂ ਉਹਨਾਂ ਨੇ ਤੁਹਾਡੇ ਤੋਂ ਕੋਈ ਸਵਾਲ ਪੁੱਛੇ ਸੀ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੱਤੇ ਅੱਜ ਤੁਸੀਂ ਸਾਰੀ ਦੁਨੀਆ ਨੂੰ ਕਹਿੰਦੇ ਹੋ ਕਿ ਸਾਰੀ ਦੁਨੀਆ ਤੁਹਾਡੇ ਮੈਂ ਤੁਹਾਨੂੰ ਅੱਗੇ ਵੀ ਦੱਸ ਰਿਹਾ ਉਹਨਾਂ ਦੇ ਨੁਮਾਇੰਦੇ ਸਾਡੇ ਨਾਲ 2017 ਦੇ ਵਿੱਚ ਗੁਰਦੁਆਰੇ ਦੇ ਵਿੱਚ ਬੈਠ ਕੇ ਲਿਖ ਚੁੱਕੇ ਆ ਅਰਦਾਸ ਕਰ ਚੁੱਕੇ ਆ ਸਿਮਰਜੀਤ ਸਿੰਘ ਮਾਨ ਨੂੰ ਪੁੱਛ ਲਓ ਉਹਦੇ ਨੁਮਾਇੰਦਿਆਂ ਨੂੰ ਪੁੱਛ ਲਓ ਦਲ ਖਾਲਸਾ ਨੂੰ ਪੁੱਛ ਲਓ 2017 ਦੇ ਵਿੱਚ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਨਾਲ ਬੈਠ ਕੇ ਅਰਦਾਸ ਕਰਕੇ ਉੱਠੇ ਆ ਕਿ ਕਿਹੜਾ ਕਿਹੜਾ ਪ੍ਰੋਗਰਾਮ ਕਿੱਦਾਂ ਚਲਾਇਆ ਜਾਊਗਾ ਕਿਹੜੀ ਅਰਦਾਸ ਦੇ ਉੱਤੇ ਬੈਠੇ ਆ ਉਹਨਾਂ ਨੂੰ ਸਵਾਲ ਤੁਸੀਂ ਪੁੱਛ ਲਿਓ ਤੁਸੀਂ ਸਾਨੂੰ ਦਲ ਖਾਲਸਾ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਸ 'ਚ ਲੜਾਉਣ ਦੀ ਤੇ ਪੜਾਉਣ ਦੀ ਕੋਸ਼ਿਸ਼ ਨਾ ਕਰੋ ਇਹ ਵਧੀਆ ਨਹੀਂ ਲੱਗਦਾ ਮੈਂ ਤੁਹਾਡੇ ਤੋਂ ਨਹੀਂ ਬਿਲਕੁਲ ਮੈਂ ਤੁਹਾਨੂੰ ਲੈਟਰ ਲਿਖਿਆ ਆਨ ਰਿਕਾਰਡ ਅੱਜ ਵੀ ਉਹ ਕਹਿੰਦੇ ਨੇ ਤੁਹਾਡੇ ਨਾਲ ਪੰਨੂ ਜੀ ਗੱਲ ਸੁਣ ਲਓ ਸੁਣਾਓ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਮੈਨੂੰ ਇਹ ਸੀ ਮੈਂ ਉਹਨਾਂ ਨੂੰ ਜ਼ਰੂਰ ਪੁੱਛਾਂ ਕਿ ਤੁਸੀਂ ਇਸ ਸਟੈਂਡ ਤੇ ਕਾਇਮ ਹੋ ਜੋ ਤੁਸੀਂ ਉਦੋਂ ਕਿਹਾ ਸੀ ਉਹਨਾਂ ਨੇ ਕਿਹਾ ਬਿਲਕੁਲ ਕਾਇਮ ਆ ਅੱਜ ਵੀ ਅਸੀਂ ਕਹਿੰਦੇ ਹਾਂ ਕਿ ਪੰਨੂ ਦੱਸੇ ਤੁਸੀਂ ਮੈਂ ਤਾਂ ਹੀ ਕਹਿਣਾ ਜੇ ਤੁਸੀਂ ਓਪਨ ਡਿਬੇਟ ਕਰਨਾ ਚਾਹੁੰਦੇ ਹੋ ਜਿਹੜੀਆਂ ਖਾਲਿਸਤਾਨ ਦੀਆਂ ਕਿਉਂਕਿ ਕਿਹੜੀ ਧਿਰ ਸੀ ਸਭ ਤੋਂ ਵੱਡੀ ਦਲਜੀਤ ਬਿੱਟੂ ਹੋਰਾਂ ਦੇ ਵਾਲੀ ਧਿਰ ਹਨਾ ਕਿਹੜੀਆਂ ਧਿਰਾਂ ਸੀ ਪੰਜਾਬ ਦੇ ਅੰਦਰ ਜਿਹੜੀਆਂ ਸਾਰੀ ਗੱਲ ਕਰ ਰਹੀਆਂ ਸੀ ਤੇ ਤੁਸੀਂ ਤਾਂ ਉਦੋਂ ਨਹੀਂ ਸੀ ਕਿਹਾ ਤੁਸੀਂ ਕਹਿ ਤਾ ਚਲੋ ਮੈਂ ਛੋਟਾ ਸੀ ਮੈਂ ਸਕੂਲ 'ਚ ਪੜ੍ਹਦਾ ਸੀ ਪਰ ਸਵਾਲ ਇਹ ਆ ਕਿ ਉਹ ਧਿਰਾਂ ਖਾਲਿਸਤਾਨ ਦੀਆਂ ਕੋਈ ਵੀ ਧਿਰਾਂ ਤੁਹਾਨੂੰ ਸਪੋਰਟ ਨਹੀਂ ਕਰ ਰਹੀਆਂ ਪੰਜਾਬ 'ਚ ਉਹ ਤੁਹਾਡੇ ਤੋਂ ਪੁੱਛਦੀਆਂ ਨੇ ਕਿ ਪੰਜਾਬ ਪੰਜਾਬ 'ਚ ਪੜ੍ਹਨਾ ਫਿਰ ਤੁਸੀਂ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ ਮੈਨੂੰ ਮੈਂ ਲੈਕਚਰ ਨਹੀਂ ਸੁਣਨ ਵਾਸਤੇ ਬੈਠਾ ਸੀ ਤੁਹਾਡਾ ਮੈਨੂੰ ਸਵਾਲ ਤੁਸੀਂ ਪੁੱਛਿਆ ਉਹਦਾ ਜਵਾਬ ਸੁਣੋ ਧਿਆਨ ਨਾਲ ਔਰ ਮੂੰਹ ਬੰਦ ਕਰਕੇ ਸੁਣੋ ਉਦਾਂ ਨਾ ਬੋਲੀ ਜਾਓ ਬਿਨਾਂ ਵਜ੍ਹਾ ਤੋਂ ਤੁਸੀਂ ਮੈਨੂੰ ਕਿਹਾ ਵੀ ਤੁਸੀਂ ਉਹਨਾਂ ਨਾਲ ਡਿਬੇਟ ਤੁਹਾਨੂੰ ਲੱਗਦਾ ਵੀ ਦਲ ਖਾਲਸਾ ਵਾਲੇ ਜਾਂ ਤੁਸੀਂ ਜਿਹੜੇ ਪੱਤਰਕਾਰ ਹੋ ਦੁੱਧ ਪੀਂਦੇ ਨਿਆਣੇ ਉਹਨਾਂ ਦੇ ਦੁੱਧ ਦੇ ਦੰਦ ਆ ਤੁਹਾਨੂੰ ਪਤਾ ਨਹੀਂ ਰੈਫਰੈਂਡਮ ਕਿੱਦਾਂ ਕਰਾਈਦਾ ਮੇਰੇ ਮੂੰਹੋਂ ਸੁਣਨਾ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਜਿਹੜੇ ਹੈਗੇ ਹੋ ਬਹੁਤ ਹੀ ਸਿੰਸੀਅਰ ਤੇ ਆਨੈਸਟ ਬੰਦੇ ਹੋ ਆਪਣੀ ਝਾਤ ਮਾਰ ਕੇ ਦੇਖੋ ਮੜੀ ਜੀ ਆਪਣੇ ਵੱਲ ਰੈਫਰੈਂਡਮ ਅਸੀਂ ਭਾਈ ਸਾਹਿਬ ਤੁਹਾਨੂੰ ਦੱਸਿਆ 20 ਦੇਸ਼ਾਂ ਤੇ ਪੰਜਾਬ 'ਚ ਤੁਸੀਂ ਚਾਹੇ ਘਰ ਘਰ 'ਚ ਆਰਮੀ ਲਿਆਓ ਰੈਫਰੈਂਡਮ ਅਸੀਂ ਕਰਾ ਜਾਣਾ ਦਲ ਖਾਲਸਾ ਸਾਥ ਦੇਗਾ ਉਹਦਾ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਮਾਨ ਦੇਗਾ ਉਹਦਾ ਸਾਥ ਪਰ ਇਹ ਗੱਲ ਯਾਦ ਰੱਖਣੀ ਹੈ ਇਤਿਹਾਸ ਨੇ ਤੁਹਾਨੂੰ ਤੇ ਮੀਡੀਆ ਨੂੰ ਕਦੀ ਮਾਫ਼ ਨਹੀਂ ਕਰਨਾ ਕਿਉਂਕਿ ਤੁਸੀਂ 30 ਸਾਲਾਂ ਤੋਂ ਪਹਿਲਾਂ ਸਿੱਖਾਂ ਨੂੰ ਕਾਤਲ ਬਣਾ ਕੇ ਅੱਤਵਾਦੀ ਬਣਾ ਕੇ ਦੁਨੀਆ ਸਾਹਮਣੇ ਪੇਸ਼ ਕੀਤਾ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਹੁਣ ਵੀ ਬੈਠੇ ਹੋਏ ਹਾਂ ਉਦੋਂ ਨਹੀਂ ਸੀ ਜੇ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਬਾਹਰ ਆਉਣ ਤੋਂ ਰੋਕ ਸਕਦੇ ਹਾਂ ਤੁਹਾਡੇ ਜਿਹੜੇ ਨੁਮਾਇੰਦੇ ਬਾਹਰ ਆਣੇ ਉਹਨਾਂ ਨੂੰ ਵੀ ਜਵਾਬਦੇਹੀ ਹੋਣਾ ਪੈਣਾ ਜੇ ਕੱਲ ਨੂੰ ਤੁਸੀਂ ਕੋਈ ਗਲਤ ਖਬਰਾਂ ਲਾਈਆਂ ਜਾਂ ਸਾਡੇ ਖਿਲਾਫ ਜਿਹੜੀ ਕੋਈ ਕਾਰਵਾਈ ਕੀਤੀ ਜਿਹੜੀ ਇਸ ਦੇ ਉੱਤੇ ਨਹੀਂ ਚੱਲਦੀ ਪਈ ਜਿਵੇਂ ਮੈਂ ਸਵਾਲ ਜਵਾਬ ਕਰ ਰਿਹਾ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਪਰ ਤੁਸੀਂ ਮੈਨੂੰ ਲੈਕਚਰ ਨਹੀਂ ਦੇ ਸਕਦੇ ਜੇ ਤੁਸੀਂ ਵਕੀਲ ਨੂੰ ਸਵਾਲ ਪੁੱਛਣਾ ਫਿਰ ਉਹਦਾ ਜਵਾਬ ਸੁਣੋ ਮੈਂ ਤੁਹਾਡੇ ਧਿਆਨ ਦੇ ਨਾਲ ਸਵਾਲ ਦੇ ਜਵਾਬ ਦੇ ਰਿਹਾ ਕੋਈ ਕੌਣ ਡਿਸਾਈਡ ਕਰੂਗਾ ਕੀ ਲੈਕਚਰ ਆ ਕੀ ਨਹੀਂ ਆ ਪੰਨੂ ਜੀ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜੀ ਆਪਾਂ ਗੱਲ ਕਰ ਰਹੇ ਸੀ ਕੱਲ ਨੂੰ ਜੇ ਦਲ ਖਾਲਸਾ ਤੇ ਸਿਮਰਜੀਤ ਮਾਨ ਦਾ ਗਰੁੱਪ ਕਹਿੰਦਾ ਕਿ ਸਾਡਾ ਇੱਕ ਬੁਲਾਰਾ ਬੈਠੂ ਤੇ ਪੰਨੂ ਨਾਲ ਬੈਠੇ ਤੁਸੀਂ ਤਿਆਰ ਹੋ ਇਸ ਗੱਲ ਦੇ ਲਈ ਡੈਮੋਕ੍ਰੇਟਿਕ ਨਹੀਂ ਆ ਆਪਾਂ ਤੁਹਾਨੂੰ ਸੱਚ ਮੰਨ ਲੈਂਦੇ ਹਾਂ ਤੁਹਾਡੀ ਗੱਲ ਨੂੰ ਬਿਲਕੁਲ
मैं तुम्हें पूछ दंगा कि तुम बना जा रहे हो डेमोक्रेटिक होगा जो डेमोक्रेटिक होगा तो अज सिमरजीत मान की धिर कहती है दल खालसा कहना जी गुरपत बंदा डिबेट कर कि तुम तैयार क्यों नहीं है भाई समय नहीं आ रहा थोड़ी कोई आवाज नहीं समझ आ रही दोबारा कॉल लाओ जा पहले जी मैं एक सवाल कर रहा था कि दल खालसा सिमरजीत मान तुम कह रहे हो कि इंडियन स्टेट अनडेमोक्रेटिक आ जो तुम बना जा रहे हो वह सब तो अल्ट्रा डेमोक्रेटिक होगा मेरा एक सीधा सवाल है कि मेरा एक सीधा सवाल आ कि तुम की समस्या अगर सिमरजीत मान थोड़े न बहते हैं कंवरपाल बह जाते हैं या कोई भी बैठ जाता जो डिबेट करे जी तुम जवाब दो जी जो कहते हैं कि किस चीज की इस धरती किस चीज से डिबेट किस चीज से डिबेट ए मतलब अपने आप भारतीय समझते उस चीज से डिबेट करानी है खालिस्तान होना चाहिए कि नहीं होना चाहिए किस चीज से डिबेट होनी है कि नहीं समझ का सवाल ही नहीं तो कुछ सवाल पूछते हैं गलबात हुई है तो थानू दस चुके हैं भी असं भारत के संविधान थले हैं तो असं भारतीय है आ मसला कहते भी उन्होंने कन्विंस कराना नहीं मैं उन्होंने सिर्फ यह पूछा मनु ये गल उन्होंने सिर्फ मैं पूछा कि जो तुम लैटर भेजा अंडरस्टैंड करते हो तो उन्होंने देखिए लैटर तुम लैटर देखिया भाजी खालिस्तान या सब कुछ होना गा ठीक है सवाल करते हैं कि रेफरेंडम कितने होगा रेफरेंडम इस धरती उन्होंने यह सवाल नहीं किया भी 30 साल तो कौम को दसते पे हो असं खालिस्तान का संघर्ष करते पे हैं पंजाब की धरती तो करते पे असं कि लैके देना खालिस्तान तुम नहीं सवाल पूछा उन्होंने नहीं उन्होंने तो स्ट्रगल के वक्रे वक्रे मीनिंग ने वो तो कहते हैं कि दसो सू की मीनिंग है मैं दसो की पता लगता इंटरनेशनल कोर्ट के अंदर जी गल कहने हो क्योंकि बिल्कुल मनी जाएगी बिल्कुल मनी है बिल्कुल मनी जाएगी और समय के नाल देखोगे कि जो अनऑफिशियल रेफरेंडम कराते हो कैटालोनिया च अनऑफिशियल रेफरेंडम होया कुर्दिस्तान च अनऑफिशियल रेफरेंडम होया फिर थोड़ा क्लेम बनता है फिर तुम यूनाइटेड नेशनस से क्लेम लैके जाते हो फिर तुम दूजिया धिरां धिरां मतलब है कंट्रीज को अपने नाल लाते हो फिर ताड़ी आवाज चकी जाती है ये साफ शब्दों के यूएन के लिखा है ऑल पीपल हैव ए राइट टू सैल्फ डिटरमीनेशन सारी दुनिया के हक है हर एक का मैं चलो ठीक है मैं इस गलती मन के चल देंगे मैं तुम एक गल पूछदांगा कि पंजाब के अंदर खालिस्तान की डिमांड या पंजाब के अंदर आजाद पंजाब की डिमांड सिख होमलैंड की डिमांड 1930 आती है जे तुम देखोगे बड़ी पुरानी डिमांड है मैं थोड़े से गल पूछना कि उस धिर चो बहुत सारिया धिर ने पंजाब जिड़िया इस गल के उ खड़िया ने लड़दिया ने अपनी गल कर दिया ने एक भी धिर थोड़े नाल क्यों नहीं आ भाजी यदा फिर तुम गलत बंद पुछते पे सवाल मैं तुम्हें कह रहा भी श्रोमणी अकाली दल मान के नुमाइंदे दल खालसा के नुमाइंदे जुलाई 2017 च गुरद्वारा रिचमंड हिल च बैठ के कागज के उत्ते लिख के अरदास करके उठे से उन्होंने पूछ लो तुम कागज अभी मान लेना चलो मान लिया आप 2017 च उठे से मान लो तो डिसओन कर गए क्यों कर गए लैक्चर देना शुरू कर दिता मैं मना किया लैक्चर ना दो मैनू तुम हटते क्यों नहीं गए मेरे इदा फिर तुम कहते हो मैं लैक्चर ही दे खालिस्तानी धिर ना तुहानू ओन करदी है ना तुहाडे नाल खड़ी हुंदी है ना तुहाडे नाल गठजोड़ करदी है ਤੁਹਾਨੂੰ ਮੇਰਾ ਜਵਾਬ ਨਹੀਂ ਸਮਝ ਆਉਂਦਾ ਕਿ ਮੈਂ ਤੁਹਾਨੂੰ ਕਿਸੇ ਕਿੱਦਾਂ ਸਮਝਾਵਾਂ ਮੈਂ ਜਦੋਂ ਤੁਹਾਨੂੰ ਕਹਿ ਚੁੱਕਾ ਵੀ ਇਹ ਸਵਾਲ ਤੁਸੀਂ ਦਲ ਖਾਲਸਾ ਨੂੰ ਪੁੱਛੋ ਇਹ ਸਵਾਲ ਤੁਸੀਂ ਸ਼੍ਰੋਮਣੀ ਅਕਾਲੀ ਦਲ ਮਾਨ ਨੂੰ ਪੁੱਛੋ ਮੈਨੂੰ ਕਿਉਂ ਪੁੱਛਦੇ ਹੋ ਤੁਸੀਂ ਵੀ ਉਹ ਸਾਡੇ ਨਾਲ ਸਹਿਮਤ ਕਿਉਂ ਨਹੀਂ ਗਏ ਇਦਾਂ ਹੁੰਦਾ ਕਦੀ
मेजोरिटी मिनोरिटी कोई चीज होंगी है जिन्होंने मतलब मेरा व्यू तो हो रहा है कि जो ग्रीलियो कोई गल कह रहे दुनिया चो सच थी पर मेजोरिटी ने मनिया गलत मन ली गई बहुत सारी दुनिया क्या होया मेजोरिटी कदम ठीक नहीं होंगी कई बार मिनोरिटी भी ठीक होंगी है मैं थोड़े तो पुछदांगा कि अज मेजोरिटी तुम्हें मानते हो कि मेजोरिटी ठीक होंगी है मैं फेसबुक से जाना उसे कमेंट की आने तो ट्रोल फोर्स होती है बीजेपी की होंगी अकाली दल की होंगी कांग्रेस की होंगी है सानू नहीं पता मैं तो फोर्स नहीं मैं कर रहा।